ਕਿਸਾਨ ਦੋਸਤੋ ਝੋਨੇ ਦੇ ਖੇਤ ਦੇ ਵਿੱਚ ਕਈ ਸਾਰੇ ਕੀੜੇ ਦਿਖਾਈ ਦਿੰਦੇ ਆ ਸਾਨੂੰ ਬਹੁਤੀ ਵਾਰੀ ਇਹ ਪਤਾ ਨਹੀਂ ਲੱਗਦਾ ਕਿ ਸਾਡੇ ਦੋਸਤ ਹੈ ਕਿ ਦੁਸ਼ਮਣ ਹੈ ਅੱਜ ਤੁਸੀਂ ਇਸ ਵੀਡੀਓ ਦੇ ਵਿੱਚ ਜਿਹੜਾ ਕੀੜਾ ਦੇਖ ਰਹੇ ਹੋ ਇਸ ਨੂੰ ਵਾਟਰ ਬੱਗ ਕਹਿੰਦੇ ਆ ਵਾਟਰ ਸਟ੍ਰੀਡਰ ਵੀ ਇਸ ਨੂੰ ਕਹਿੰਦੇ ਆ ਇਹ ਜਿਹੜਾ ਹੈਗਾ ਇਹਨੂੰ ਬ੍ਰਾਡ ਸ਼ੋਲਡਰ ਵਾਟਰ ਸਟ੍ਰੀਡਰ ਵੀ ਕਹਿੰਦੇ ਆ ਇਹ ਪਾਣੀ ਦੇ ਵਿੱਚ ਰਹਿੰਦੇ ਆ ਜੀ ਜਦੋਂ ਵੀ ਕੋਈ ਬਰਾਊਨ ਪਲਾਂਟ ਹੌਪਰ ਹੈ ਨਾ ਜਿਹੜਾ ਪੂਰੀ ਪਿੱਠ ਵਾਲਾ ਟਿੱਡਾ ਜਿਹਨੂੰ ਤੁਸੀਂ ਕਾਲਾ ਤੇਲਾ ਵੀ ਕਹਿੰਦੇ ਹੋ ਇਹ ਹਵਾ ਦੇ ਨਾਲ ਜਾਂ ਕਿਸੇ ਕਾਰਨ ਵਸ਼ ਬੂਟੇ ਤੋਂ ਥੱਲੇ ਡਿੱਗਦਾ ਹੈ ਜਾਂ ਪਾਣੀ ਦੀ ਸਤਹ ਦੇ ਬਰਾਬਰ ਬੂਟੇ ਦੇ ਨਾਲ ਜਾ ਕੇ ਲੱਗਦਾ ਹੈ ਤਾਂ ਲੇ ਪਾਸੇ ਇਹ ਜਿਹੜੀਆਂ ਬੱਗ ਹੈ ਨਾ ਇਹ ਘੁੰਮਦੀਆਂ ਫਿਰਦੀਆਂ ਰਹਿੰਦੀਆਂ ਤਾ ਇਹ ਉਹਨੂੰ ਖਿੱਚ ਕੇ ਪਾਣੀ ਚ ਲੈ ਜਾਂਦੀਆਂ ਤੇ ਪਾਣੀ ਦੇ ਵਿੱਚ ਲਿਜਾ ਕੇ ਇਹ ਤੁਸੀਂ ਦੇਖ ਰਹੇ ਹੋ ਨਾ ਕਿਰੇ ਮੂੰਹ ਦੇ ਅਗਲੇ ਪਾਸੇ ਇੱਕ ਪਾਈਪ ਜੀ ਲੱਗੀ ਹੋਈ ਹੈ ਉਹ ਪਾਈਪ ਇਹਦੇ ਸਰੀਰ ਦੇ ਵਿੱਚ ਵਾੜ-ਵਾੜ ਕੇ ਸਾਰਾ ਰਸ ਇਹਦਾ ਚੂਸ ਲੈਂਦੇ ਆ ਜੋ ਵੀ ਇਹਦੇ ਸਰੀਰ ਦੇ ਅੰਦਰ ਜੂਸ ਹੈ ਉਹ ਸਾਰਾ ਚੂਸ ਕੇ ਪੀ ਕੇ ਭੁੱਖ ਮਿਟਾ ਲੈਂਦੇ ਆ ਇਹ ਜਿਹੜੀ ਬੱਗ ਹੁੰਦੀ ਹੈ ਇੱਕ ਦਿਨ ਦੇ ਵਿੱਚ 4 ਤੋਂ 7 ਹੌਪਰ ਜਿਹੜੇ ਭੂਰੇ ਤੇਲੇ ਜਾਂ ਕਾਲੇ ਤੇਲਾ ਜੀ ਨੂੰ ਤੁਸੀਂ ਕਹਿੰਦੇ ਹੋ ਰਾਈਸ ਪlant ਹੌਪਰ ਹੈ 4 ਤੋਂ 7 ਪlant ਹੌਪਰ ਨੂੰ ਕੇਵਲ ਇੱਕ ਬੱਗ ਖਾ ਜਾਂਦੀ ਹੈ ਇੱਕ ਦਿਨ ਦੇ ਵਿੱਚ ਤਾਂ ਇਸੇ ਤਰੀਕੇ ਨਾਲ ਕੰਮ ਕਰਦੇ ਰਹਿੰਦੇ ਬਹੁਤ ਸਾਰੇ ਅਗਲੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਹੋਰ ਕਈ ਸਾਰੇ ਦਿਖਾ ਦਿਖਾਵਾਂਗਾ ਇਸ ਤਰ੍ਹਾਂ ਦੀਆਂ ਕੁਝ ਹੋਰ ਵੀਡੀਓ ਵੀ ਆਉਣਗੀਆਂ ਤੁਸੀਂ ਇਹ ਦੇਖੋ ਕਿ ਕਿਸ ਤਰੀਕੇ ਦੇ ਨਾਲ ਇਹ ਖਾਰੇ ਹੈ ਜੋ ਇਹਦਾ ਸਾਈਜ਼ ਦਿਖਾਇਆ ਗਿਆ ਹੈ ਅਸਲੀ ਸਾਈਜ਼ ਨਹੀਂ ਹੈ ਕਿਉਂਕਿ ਇਹ ਬਹੁਤ ਛੋਟੇ ਹੁੰਦੇ ਹੈ ਇਹ ਜਿਉਂਦਾ ਬੈਠਾ ਦੇਖੋ ਢਾਲਿਆ ਵਿੱਚ ਇਹਨਾਂ ਨੇ ਆਪਣਾ ਇਹ ਜੋ ਪਾਈਪ ਜੀ ਇਹਨਾਂ ਦੇ ਮੂੰਹ ਦੇ ਅੱਗੇ ਲੱਗੀ ਹੈ ਰਸ ਚੂਸਣ ਵਾਲੀ ਅੰਦਰ ਪਾਈ ਤੇ ਕੰਮ ਸ਼ੁਰੂ ਤੇ ਰਸ ਚੂਸਕ ਤੇਲਾ ਜਾ ਰਸ ਚੋਂ ਸੇ ਕੀੜਾ ਜਾਂ ਪੂਰਾ ਟਿੱਡਾ ਗਿਆ ਖਤਮ ਹੋ ਗਿਆ ਤਾਂ ਇਹ ਬਾਬੇ ਨਾਨਕ ਦੀ ਕੁਦਰਤ ਹੈ ਜੀ ਜਿੱਥੇ ਇੱਕ ਸਿਸਟਮ ਬਣਾਇਆ ਹੋਇਆ ਹੈ ਕੁਝ ਮਾਸਾਹਾਰੀ ਕੀਟ ਹੈ ਕੋਈ ਸ਼ਾਕਾਹਾਰੀ ਕੀਟ ਹੈ ਸ਼ਾਕਾਹਾਰੀ ਕੀਟ ਆਪਣਾ ਕੰਮ ਕਰਦੇ ਹੈ ਮਾਸਾਹਾਰੀ ਕੀਟ ਆਪਣਾ ਕੰਮ ਕਰਦੇ ਹੈ ਤਾਂ ਇਹ ਦੇਖੋ ਜੀ ਪਾਰਟੀ ਹੋ ਰਹੀ ਹੈ ਧੰਵਾਦ ਦੋਸਤੋ ਮਿਹਰਬਾਨੀ ਦੋਸਤੋ ਤੁਸੀਂ ਪੂਰਾ ਵੀਡੀਓ ਦੇਖ ਸਕਦੇ ਹੋ ਇਸ ਤੋਂ ਅੱਗੇ ਆਵਾਜ਼ ਨਹੀਂ ਹੋਏਗੀ ਇਸ ਤੋਂ ਅੱਗੇ